ਹੈਲੋ, ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਦੋਸਤੋ? ਮੈਨੂੰ ਯਕੀਨ ਹੈ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਗਾਰਡਨ ਵੇਖੇ ਹੋਣੇ ਨੇ, ਲੇਕਿਨ ਅਤੇ ਬਹੁਤ ਜ਼ਿਆਦਾ ਕਹਾਣੀਆਂ ਸੁਣੀਆਂ ਅਤੇ ਪੜ੍ਹੀਆਂ ਵੀ ਹੋਣੀਆਂ ਨੇ, ਲੇਕਿਨ ਅੱਜ ਮੈਂ ਜਿਸ ਬਾਗ 'ਚ ਆਇਆ ਹਾਂ ਇਹਦੀ ਮਿਸਾਲ ਪੂਰੀ ਦੁਨੀਆ 'ਤੇ ਕਿਤੇ ਨਹੀਂ ਮਿਲਦੀ। ਇਹਦੀ ਤਾਰੀਖ ਅਤੇ ਇਹਦੀ ਕਹਾਣੀ ਬਹੁਤ ਜ਼ਿਆਦਾ ਇੰਟਰਸਟਿੰਗ, ਮਜ਼ੇਦਾਰ ਹੈ। ਹਾਂਜੀ, ਮੈਂ ਗੱਲ ਕਰ ਰਿਹਾ ਹਿਰਨ ਮੀਨਾਰ ਦੀ, ਜਿਹੜਾ ਵਾਕਿਆ ਹੈ ਸ਼ੇਖੂਪੁਰਾ ਪੰਜਾਬ ਪਾਕਿਸਤਾਨ ਦੇ ਵਿੱਚ। ਇਨਸਾਨ ਦੀ ਜਾਨਵਰਾਂ ਦੀ ਮੁਹੱਬਤ ਦੇ ਵਾਸਤੇ ਇੱਕ ਬਹੁਤ ਅਜ਼ੀਮ ਮਿਸਾਲ ਹੈ। ਐਸੀ ਮਿਸਾਲ ਪੂਰੀ ਦੁਨੀਆ 'ਤੇ ਹੋਰ ਕਿਤੇ ਨਹੀਂ ਮਿਲਦੀ। ਅਤੇ ਆਓ ਸਾਡੇ ਨਾਲ ਦੋਵੇਂ ਚੱਲਦੇ ਹਾਂ, ਐਕਸਪਲੋਰ ਕਰਦੇ ਹਾਂ, ਬਹਿੰਦੇ ਹਾਂ ਕਿ ਇਹ ਕਿਉਂ ਬਣਾਇਆ ਗਿਆ ਸੀ ਅਤੇ ਇਹਦੀ ਤਾਰੀਖ ਕੀ ਸੀ। ਉਹ ਇਸ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ, ਇਹ ਕਬਰ ਹੈ ਜਿੱਥੇ ਹਿਰਨ ਦਫਨ ਹੈ, ਠੀਕ ਹੈ? ਅਤੇ ਇਹ ਉਹਦੀ ਯਾਦ ਵਿੱਚ ਮੀਨਾਰ ਤਾਮੀਰ ਕੀਤਾ ਗਿਆ ਸੀ। ਕਿਹਨੇ ਕੀਤਾ ਸੀ, ਕਿਉਂ ਕੀਤਾ ਸੀ, ਆਓ ਚੱਲਦੇ ਹਾਂ। ਬਾਦਸ਼ਾਹ ਬੜੇ ਬਾਦਸ਼ਾਹ ਹੁੰਦੇ ਨੇ, ਉਹਦੀ ਆਵਾਮ ਨੂੰ ਰੋਟੀ ਲੱਭੇ ਜਾਂ ਨਾ ਲੱਭੇ, ਉਹ ਆਪਣੇ ਮਰਨ ਵਾਲੀ ਦੀ ਯਾਦ ਵਿੱਚ ਮਕਬਰੇ ਬੜੀ ਸ਼ਾਨ ਦੇ ਨਾਲ ਬਣਾਉਂਦੇ ਨੇ, ਭਾਵੇਂ ਉਹ ਮਰਨ ਵਾਲਾ ਇਨਸਾਨ ਹੋਵੇ ਜਾਂ ਜਾਨਵਰ। ਜੈਂਜੇ ਇਸ ਮੀਨਾਰ ਨੂੰ ਇੱਕ ਹਿਰਨ ਵਾਸਤੇ ਇੱਕ ਬਾਦਸ਼ਾਹ ਨੇ ਬਣਵਾਇਆ ਸੀ। ਇਹ ਮੀਨਾਰ ਇੱਕ ਚਬੂਤਰੇ 'ਤੇ ਬਣਿਆ ਹੋਇਆ ਹੈ, ਅਤੇ ਸਾਹਮਣੇ ਇੱਕ ਝੀਲ ਬਣਾਈ ਗਈ ਹੈ ਜਿਹਦੇ ਬਿਲਕੁਲ ਦਰਮਿਆਨ ਵਿੱਚ ਇੱਕ 12 ਦਰੀ ਵੀ ਤਾਮੀਰ ਕੀਤੀ ਗਈ ਹੈ। ਇਹਦੇ ਚਾਰੋਂ ਤਰਫ ਜਾਨਵਰਾਂ ਦੇ ਪਾਣੀ ਪੀਣ ਦੀ ਜਗ੍ਹਾ, ਇਨਸਾਨਾਂ ਦੇ ਨਹਾਉਣ ਦੀ ਜਗ੍ਹਾ ਅਤੇ ਮੁਹਾਫਜ਼ਾਂ ਦੇ ਠਹਿਰਨ ਦੀ ਜਗ੍ਹਾ ਬਣਾਈ ਗਈ ਹੈ। ਤਾਰੀਖ ਗਵਾਹ ਹੈ ਕਿ ਮੁਗਲ ਬਾਦਸ਼ਾਹ ਜਿਹੜੇ ਰਸਤੇ ਤੋਂ ਵੀ ਲੰਘੇ ਨੇ, ਜਿੱਥੇ ਜਿੱਥੇ ਉਹ ਰੁਕੇ ਨੇ, ਉੱਥੇ ਉੱਥੇ ਉਹ ਆਪਣੇ ਨਿਸ਼ਾਨ ਛੱਡਦੇ ਗਏ। ਬਰਸਗੀਰ ਪਾਕੋ ਹਿੰਦ ਦੀ ਤਾਰੀਖ 'ਤੇ ਜੇ ਅਸੀਂ ਨਜ਼ਰ ਦੌੜਾਈਏ ਤਾਂ ਪਤਾ ਲੱਗੇਗਾ ਕਿ ਚਲੋ ਇਨਸਾਫ ਦਾ ਮਾਮਲਾ ਹੋਵੇ ਜਾਂ ਜੰਗੋ ਬਦਲ ਦਾ, ਇਸ਼ਕੋ ਮੁਹੱਬਤ ਹੋਵੇ ਜਾਂ ਸਿਆਸਤ, ਸੈਰ ਸਪਾਟਾ ਹੋਵੇ ਜਾਂ ਸ਼ਿਕਾਰ, ਫੰਨੇ ਦਸਤਕਾਰੀ ਹੋਵੇ ਜਾਂ ਫੰਨੇ ਤਾਮੀਰੀ। ਮੁਗਲਾਂ ਨੇ ਹਰ ਮੁਕਾਮ 'ਤੇ ਆਪਣੀ ਸਲਾਹੀਅਤ ਦਾ ਲੋਹਾ ਮਨਵਾਇਆ। ਕਿਤੇ ਮੁਗਲਾਂ ਨੇ ਆਪਣੇ ਫੰਨੇ ਤਾਮੀਰ ਦੇ ਆਪਣੇ ਸ਼ੌਕ ਨੂੰ ਉਜਾਗਰ ਕੀਤਾ, ਅਤੇ ਕਿਤੇ ਉਹਨਾਂ ਨੇ ਲੋਕਲ ਬੰਦਿਆਂ ਦੀ ਮਦਦ ਦੇ ਨਾਲ ਲੋਕਲ ਵਿਰਸੇ ਨੂੰ ਵੀ ਮਹਿਫੂਜ਼ ਕੀਤਾ। ਇਹ ਹੀ ਦੋਨਾਂ ਚੀਜ਼ਾਂ ਦੇ ਇਮਤਜ਼ਾਜ ਦੇ ਨਾਲ ਉਹਨਾਂ ਨੇ ਤਾਜ ਮਹਿਲ, ਸ਼ਾਹੀ ਕਿਲ੍ਹਾ, ਬਾਦਸ਼ਾਹੀ ਮਸਜਿਦ, ਹਿਰਨ ਮੀਨਾਰ ਜੈਸੇ ਕਈ ਸ਼ਾਹਕਾਰ ਉਹਨਾਂ ਨੇ ਦੁਨੀਆ ਨੂੰ ਤੋਹਫੇ 'ਚ ਦਿੱਤੇ। ਅੱਜ ਮੁਗਲਾਂ ਦਾ ਦੌਰੇ ਹਕੂਮਤ ਖਤਮ ਹੋ ਚੁੱਕਿਆ, ਲੇਕਿਨ ਉਹਨਾਂ ਦੀ ਤਾਮੀਰ ਕੀਤੀਆਂ ਗਈਆਂ ਤਾਰੀਖੀ ਅਤੇ ਬੇਮਿਸਾਲ ਇਮਾਰਤਾਂ ਅੱਜ ਦੀਆਂ ਜਦੀਦ ਇਮਾਰਤਾਂ ਦਾ ਵੀ ਡੱਟ ਕੇ ਮੁਕਾਬਲਾ ਕਰਦੀਆਂ ਨੇ। ਅੱਜ ਵੀ ਹਰ ਖਾਸ ਹੋਵੇ ਜਾਂ ਕੋਈ ਆਮ ਹੋਵੇ, ਉਹਨਾਂ ਕੋਲੋਂ ਆਪਣੀ ਦਾਦ ਵਸੂਲ ਕਰ ਰਹੀਆਂ ਨੇ। ਤੌਰ 'ਤੇ ਗੱਲ ਕਰਾਂਗੇ ਹਿਰਨ ਮੀਨਾਰ ਦੀ। ਦੁਨੀਆ 'ਚ ਆਪਣੀ ਨੋਈਅਤ ਦੀ ਇਹ ਪਹਿਲੀ ਮਿਸਾਲ ਹੈ। ਬਰਤਾਨਵੀ ਦੌਰੇ ਹਕੂਮਤ ਵਿੱਚ ਬਰਤਾਨਵੀ ਸਿਆਹੋਂ ਨੇ ਔਰ ਅਤੇ ਉਹਨਾਂ ਦੀ ਹਕੂਮਤ ਨੇ ਹਿਰਨ ਮੀਨਾਰ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ ਅਤੇ ਇਹਨੂੰ ਇਨਸਾਨ ਅਤੇ ਜਾਨਵਰ ਦੀ ਦੋਸਤੀ ਦਾ ਬੇਮਿਸਾਲ ਨਮੂਨਾ ਕਰਾਰ ਦਿੱਤਾ। ਹਿਰਨ ਮੀਨਾਰ ਪਾਕਿਸਤਾਨ ਦੇ ਸ਼ਹਿਰ ਸ਼ੇਖੂਪੁਰਾ 'ਚ ਵਾਕਿਆ ਹੈ। ਇਸ ਤਾਰੀਖੀ ਸ਼ਹਿਰ ਸ਼ੇਖੂਪੁਰਾ ਦੀ ਬੁਨਿਆਦ ਮੁਗਲ ਸ਼ਹਿਨਸ਼ਾਹ ਨੂਰੁਦੀਨ ਮੁਹੰਮਦ ਜਹਾਂਗੀਰ ਨੇ ਰੱਖੀ। ਜਹਾਂਗੀਰ ਦੀ ਮਾਂ ਜੋਧਾਬਾਈ ਉਹਨੂੰ ਪਿਆਰ ਦੇ ਨਾਲ ਸ਼ੇਖੂ ਬਾਬਾ ਕਹਿੰਦੀ ਸੀ। ਇਸੀ ਵਜ੍ਹਾ ਦੇ ਨਾਲ ਇਸ ਸ਼ਹਿਰ ਦਾ ਨਾਮ ਹੀ ਸ਼ੇਖੂਪੁਰਾ ਰੱਖ ਦਿੱਤਾ ਗਿਆ। ਸ਼ਹਿਨਸ਼ਾਹ ਜਹਾਂਗੀਰ ਦੇ ਦੌਰੇ ਹਕੂਮਤ 'ਚ ਇਸ ਇਲਾਕੇ ਨੂੰ ਸ਼ਾਹੀ ਸ਼ਿਕਾਰਗਾਹ ਦੀ ਹੈਸੀਅਤ ਹਾਸਲ ਸੀ, ਕਿਉਂਕਿ ਇਹ ਇਲਾਕਾ ਬਹੁਤ ਜ਼ਿਆਦਾ ਸਰਸਬਜ਼ੋ ਸ਼ਾਦਾਬ ਸੀ, ਬੜਾ ਹਰਿਆ ਭਰਿਆ ਸੀ ਅਤੇ ਇਸ ਇਲਾਕੇ ਦੇ ਵਿੱਚ ਜਾਨਵਰਾਂ ਦੀ ਵੀ ਬਹੁਤ ਵੱਡੀ ਤਾਦਾਦ ਪਾਈ ਜਾਂਦੀ ਸੀ। ਸ਼ਹਿਨਸ਼ਾਹ ਜਹਾਂਗੀਰ ਦੀ ਦਾਵਤ 'ਤੇ ਬੜੀ ਬੜੀ ਦੂਰੋਂ ਸ਼ਹਿਜ਼ਾਦੇ ਅਤੇ ਨਵਾਬ ਸ਼ਿਕਾਰ ਖੇਲਣ ਵਾਸਤੇ ਸ਼ੇਖੂਪੁਰਾ ਆਉਂਦੇ ਹੁੰਦੇ ਸੀ। ਹਿਰਨ ਮੀਨਾਰ ਦਾ ਇਹ ਇਲਾਕਾ ਕਦੀ ਜੰਗਲੀ ਘਾਸ ਅਤੇ ਘਣੇ ਜੰਗਲਾਤ ਦੇ ਨਾਲ ਭਰਿਆ ਹੁੰਦਾ ਸੀ। ਇਹ ਮੁਗਲ ਬਾਦਸ਼ਾਹ ਜਹਾਂਗੀਰ ਦੀ ਇੱਕ ਸ਼ਿਕਾਰਗਾਹ ਸੀ। ਕਹਿੰਦੇ ਨੇ ਕਿ ਜਹਾਂਗੀਰ ਦੇ ਕੋਲ ਇੱਕ ਹੰਸਰਾਜ ਨਾਮੀ ਹਿਰਨ ਸੀ ਜਿਹੜਾ ਬਾਦਸ਼ਾਹ ਨੂੰ ਬਹੁਤ ਜ਼ਿਆਦਾ ਪਸੰਦ ਸੀ, ਅਤੇ ਜਦੋਂ ਉਹ ਹਿਰਨ ਮਰਿਆ, ਮੁਗਲ ਸ਼ਹਿਨਸ਼ਾਹ ਜਹਾਂਗੀਰ ਨੇ ਉਹਦੀ ਕਬਰ 'ਤੇ ਇੱਕ ਮੀਨਾਰ ਤਾਮੀਰ ਕਰਵਾਇਆ ਅਤੇ ਉਸ ਮੀਨਾਰ ਦਾ ਨਾਮ ਹਿਰਨ ਮੀਨਾਰ ਪੈ ਗਿਆ। ਇਸ ਗੱਲ ਦਾ ਹਵਾਲਾ ਜਹਾਂਗੀਰ ਦੀ ਆਪਣੀ ਲਿਖੀ ਹੋਈ ਕਿਤਾਬ ਤੁਜ਼ਕੇ ਜਹਾਂਗੀਰੀ ਦੇ ਵਿੱਚ ਵੀ ਮਿਲਦਾ ਹੈ। ਇਹਦੇ ਵਿੱਚ ਜਹਾਂਗੀਰ ਲਿਖਦਾ ਹੈ ਕਿ ਜ਼ਿਲਹਜ ਮੰਗਲ ਦੇ ਰੋਜ਼ ਜਹਾਂਗੀਰ ਨੇ ਸ਼ੇਖੂਪੁਰਾ ਮੇਂ ਪੜਾਓ ਡਾਲਾ, ਜੋ ਸ਼ਿਕਾਰ ਖੇਲਣ ਵਾਸਤੇ ਮੇਰਾ ਪਸੰਦੀਦਾ ਜਗ੍ਹਾ ਸੀ।
ਉਸ ਜਗ੍ਹਾ ਹੰਸਰਾਜ ਨਾਮੀ ਹਿਰਨ ਦੀ ਕਬਰ ਅਤੇ ਇੱਕ ਮੀਨਾਰ ਹੈ ਜੋ ਮੇਰੇ ਹੁਕਮ ਦੇ ਨਾਲ ਤਾਮੀਰ ਕੀਤਾ ਗਿਆ ਹੈ। ਇਹ ਹਿਰਨ ਸਹਿਰਾਈ ਹਿਰਨੋਂ ਦੇ ਸ਼ਿਕਾਰ 'ਚ ਮਦਦ ਦੇਣ ਵਾਸਤੇ ਬੜਾ ਬੇਮਿਸਾਲ ਸੀ। ਸੰਨ 1606 ਵਿੱਚ ਸ਼ਹਿਜ਼ਾਦਾ ਜਹਾਂਗੀਰ ਨੇ ਉਸ ਸ਼ਿਕਾਰਗਾਹ ਦੇ ਵਿੱਚ ਇੱਕ ਹਿਰਨ ਨੂੰ ਫੜਿਆ। ਬਹੁਤ ਹੀ ਖੂਬਸੂਰਤ ਅਤੇ ਮਾਸੂਮ ਲੱਗਿਆ ਅਤੇ ਇਸ ਵਾਸਤੇ ਉਹਨੂੰ ਸ਼ਾਹੀ ਜਾਨਵਰਾਂ ਦੇ ਵਿੱਚ ਸ਼ਾਮਿਲ ਕਰ ਲਿੱਤਾ ਗਿਆ। ਜਹਾਂਗੀਰ ਪਿਆਰ ਦੇ ਨਾਲ ਉਹਨੂੰ ਹੰਸਰਾਜ ਕਹਿੰਦਾ ਸੀ। ਹੰਸਰਾਜ ਨੇ ਵੀ ਚੰਦ ਹਫ਼ਤਿਆਂ ਦੇ ਵਿੱਚ ਜੰਗਲੀ ਖਸਲਤਾਂ ਛੱਡ ਕੇ ਪਾਲਤੂ ਆਦਤਾਂ ਅਪਣਾ ਲਈਆਂ। ਜਹਾਂਗੀਰ ਦੀ ਅੱਖ ਦਾ ਤਾਰਾ ਬਣ ਗਿਆ। ਸੰਨ 1607 ਵਿੱਚ ਹੰਸਰਾਜ ਇੱਕ ਬਿਮਾਰੀ ਦੀ ਵਜ੍ਹਾ ਨਾਲ ਮਰ ਗਿਆ। ਉਹਦੀ ਮੌਤ ਦਾ ਜਹਾਂਗੀਰ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਅਤੇ ਉਹ ਕਈ ਹਫ਼ਤੇ ਉਹਦੀ ਮੌਤ ਵਿੱਚ ਉਦਾਸ ਰਿਹਾ। ਅਤੇ ਫਿਰ ਸੰਨ 1608 ਵਿੱਚ ਸ਼ਹਿਜ਼ਾਦਾ ਜਹਾਂਗੀਰ ਨੇ ਉਹਦੀ ਕਬਰ ਦੇ ਉੱਤੇ ਇੱਕ ਬੁਲੰਦੋ ਬਾਲਾ ਮੀਨਾਰ ਤਾਮੀਰ ਕਰਨ ਦਾ ਹੁਕਮ ਦਿੱਤਾ। ਜਹਾਂਗੀਰ ਦੇ ਮਾਹਰ ਤਾਮੀਰਾਤ ਨੇ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਵਿਖਾਈ ਅਤੇ ਕਬਰ ਦਾ ਪੱਥਰ ਵੀ ਹਿਰਨ ਦੀ ਸ਼ਕਲ ਵਿੱਚ ਜਹਾਂਗੀਰ ਦੇ ਹੁਕਮ ਦੇ ਨਾਲ ਬਣਵਾਇਆ ਗਿਆ। ਇਹ ਇਮਾਰਤ ਜਿਹੜੀ ਸਰਸਬਜ਼ੋ ਸ਼ਾਦਾਬ ਜੰਗਲ ਦੇ ਵਿੱਚ ਵਾਕਿਆ ਹੈ, ਚਾਰੋਂ ਪਾਸਿਓਂ ਇੱਕ ਤਲਾਬ ਦੇ ਵਿੱਚ ਗਿਰੀ ਹੋਈ ਹੈ। ਦਰਅਸਲ ਮੁਗਲੀ ਸ਼ਹਿਨਸ਼ਾਹ ਨੇ ਇਹ ਜਗ੍ਹਾ ਸ਼ਿਕਾਰ ਖੇਲਣ ਵਾਸਤੇ ਬਣਵਾਈ ਗਈ ਸੀ। ਇਹ ਇੱਕ 3 ਮੰਜ਼ਿਲਾ ਇਮਾਰਤ ਹੈ ਜਿੱਥੇ ਪਹੁੰਚਣ ਵਾਸਤੇ ਇੱਕ ਪੁਖਤਾ ਰਸਤਾ ਵੀ ਬਣਵਾਇਆ ਗਿਆ ਹੈ। ਇਹ ਇੱਕ ਸ਼ਾਹੀ ਆਰਾਮਗਾਹ ਸੀ ਜਿੱਥੇ ਸ਼ਹਿਜ਼ਾਦਾ ਜਹਾਂਗੀਰ ਅਤੇ ਮਲਕਾ ਨੂਰ ਜਹਾਂ ਇੱਥੇ ਆਰਾਮ ਕਰਦੇ ਹੁੰਦੇ ਸੀ। ਖਾਸ ਤੌਰ 'ਤੇ 14ਵੀਂ ਦੀ ਰਾਤ ਨੂੰ ਇੱਥੇ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਆਰਾਮਗਾਹ ਦੀ ਬੁਲੰਦੀ 90 ਫੁੱਟ ਹੈ। ਉੱਪਰ ਤੱਕ ਪਹੁੰਚਣ ਵਾਸਤੇ ਤਕਰੀਬਨ 100 ਕੁ ਸੀੜੀਆਂ ਚੜ੍ਹਨੀਆਂ ਪੈਂਦੀਆਂ ਨੇ। ਮੀਨਾਰ ਦਾ ਕੱਦ 33 ਫੁੱਟ ਅਤੇ ਇਹਦੇ ਅੰਦਰ ਘੁੰਮਦੀਆਂ ਹੋਈਆਂ ਸੀੜੀਆਂ ਦੀ ਤਾਦਾਦ ਤਕਰੀਬਨ 100 ਹੈ ਜਿਹੜੀਆਂ ਸਿੱਧੀ ਛੱਤ 'ਤੇ ਜਾ ਕੇ ਨਿਕਲਦੀਆਂ ਨੇ। ਸੀੜੀਆਂ ਚੂਨੇ ਦੇ ਪੱਥਰ ਦੇ ਨਾਲ ਤਾਮੀਰ ਕੀਤੀਆਂ ਗਈਆਂ ਸੀ। ਇੱਥੇ ਇੱਕ 12 ਦਰੀ ਵੀ ਬਣਵਾਈ ਗਈ ਹੈ। ਤਲਾਬ ਤੋਂ 12 ਦਰੀ ਜਾਣ ਵਾਸਤੇ ਇੱਕ ਪੁਖਤਾ ਰਸਤਾ ਬਣਾਇਆ ਗਿਆ। 12 ਦਰੀ ਮੁਗਲੀਆ ਤਾਮੀਰ ਦਾ ਇੱਕ ਬਿਹਤਰੀਨ ਸ਼ਾਹਕਾਰ ਹੈ। ਇਹਦੇ ਵਿੱਚ ਆੜੇ ਤਿਰਛੇ ਰਸਤੇ ਅਤੇ ਰੋਸ਼ਨਦਾਨ ਹੈ। ਮੀਨਾਰ ਦੀ ਤਾਮੀਰ ਦੇ 13 ਸਾਲ ਬਾਅਦ ਮੁਗਲ ਸ਼ਹਿਨਸ਼ਾਹ ਸ਼ਾਹਜਹਾਂ ਨੇ ਤਲਾਬ ਅਤੇ ਮੀਨਾਰ ਦੇ ਵਿੱਚ ਤਬਦੀਲੀਆਂ ਕਰਾਈਆਂ ਗਈਆਂ। ਇਹਦੇ ਉੱਤੇ ਉਸ ਦੌਰ ਵਿੱਚ 80,000 ਰੁਪਇਆ ਲਾਗਤ ਆਈ ਸੀ। ਸ਼ਾਹਜਹਾਂ ਨੇ ਹਿਰਨ ਮੀਨਾਰ ਦੀ ਖੂਬਸੂਰਤੀ 'ਚ 4 ਚੰਨ ਲਗਾ ਦਿੱਤੇ ਅਤੇ ਸ਼ੇਖੂਪੁਰਾ ਦੇ ਵਿੱਚ ਇੱਕ ਕਿਲ੍ਹਾ ਵੀ ਬਣਵਾਇਆ। ਇੱਥੇ ਇਸ ਇਲਾਕੇ ਸ਼ੇਖੂਪੁਰਾ ਦੇ ਵਿੱਚ ਸ਼ੀਸ਼ਮ ਦੇ ਦਰਖਤਾਂ ਦੀ ਬੇਇੰਤਹਾ ਤਾਦਾਦ ਹੈ ਜਿਹੜਾ ਇਸ ਇਲਾਕੇ ਦੇ ਹਰੇ ਭਰੇ ਹੋਣ ਦਾ ਇੱਕ ਅਹਿਮ ਸਬੂਤ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਕਈ ਕਿਸਮ ਦੇ ਦਰਖਤ ਮੌਜੂਦ ਨੇ। ਹਿਰਨ ਮੀਨਾਰ ਦੇ ਵਿੱਚ ਇਹ ਤਲਾਬ ਬਣਾਉਣ ਦਾ ਮਕਸਦ ਦੂਸਰੇ ਜਾਨਵਰਾਂ ਨੂੰ ਪਾਣੀ ਪਿਲਾਉਣਾ ਵੀ ਸੀ। ਜਹਾਂਗੀਰ ਆਪਣੇ ਹਿਰਨ ਹੰਸਰਾਜ ਨੂੰ ਪਾਣੀ ਵੀ ਇਸੇ ਤਲਾਬ ਤੋਂ ਪਿਲਾਉਂਦੇ ਸਨ। ਤਲਾਬ ਦੇ ਬਿਲਕੁਲ ਕਰੀਬ ਇਸ ਪਾਲਤੂ ਹਿਰਨ ਨੂੰ ਦਫਨ ਕੀਤਾ ਗਿਆ ਹੈ। ਇੱਥੇ ਜਾਣ ਵਾਸਤੇ ਬਾਕਾਇਦਾ ਇੱਕ ਰਸਤਾ ਵੀ ਬਣਵਾਇਆ ਗਿਆ ਹੈ। ਰਸਤੇ ਦੇ ਆਗਾਜ਼ ਵਿੱਚ ਇੱਕ ਪੁਲ ਵੀ ਤਾਮੀਰ ਕੀਤਾ ਗਿਆ ਹੈ। ਇੱਥੇ ਤਲਾਬ ਦਾ ਪਾਣੀ ਬਦਲਣ ਵਾਸਤੇ ਇੱਕ 450 ਫੁੱਟ ਲੰਬਾ ਨਾਲਾ ਵੀ ਬਣਾਇਆ ਗਿਆ ਸੀ। ਪੁਰਾਣੇ ਬੰਦਿਆਂ ਦੇ ਮੁਤਾਬਕ, ਮੋਰਖੀਨ ਦੇ ਮੁਤਾਬਕ 30 ਕਿਲੋਮੀਟਰ 'ਤੇ ਵਾਕਿਆ ਦਰਿਆ ਰਾਵੀ ਦਾ ਪਾਣੀ ਇਸ ਨਾਲੇ ਦੇ ਜ਼ਰੀਏ ਇਸ ਤਲਾਬ ਵਿੱਚ ਲਿਆਇਆ ਜਾਂਦਾ ਸੀ, ਜਿਹਦੇ ਆਸਾਰ ਹੁਣ ਖਤਮ ਹੋ ਚੁੱਕੇ ਨੇ। ਪੂਰੇ ਪਾਕਿਸਤਾਨ ਦੇ ਵਿੱਚੋਂ ਬਹੁਤ ਵੱਡੀ ਤਾਦਾਦ ਸੈਰ ਕਰਨ ਵਾਲੇ ਲੋਕਾਂ ਦੀ ਇੱਥੇ ਸੈਰ ਕਰਨ ਆਪਣੀ ਫੈਮਿਲੀਜ਼ ਦੇ ਨਾਲ ਪਿਕਨਿਕ ਮਨਾਉਣ ਆਉਂਦੇ ਨੇ ਅਤੇ ਉਹ ਇੱਥੇ ਆ ਕੇ ਤਲਾਬ ਦੇ ਵਿੱਚ ਚੱਪੂ ਵਾਲੀ ਕਸ਼ਤੀ, ਮੋਟਰ ਵਾਲੀ ਕਸ਼ਤੀ ਅਤੇ ਪੈਰਾਂ ਦੇ ਨਾਲ ਚੱਲਣ ਵਾਲੀ ਕਸ਼ਤੀ 'ਚ ਬਹਿ ਕੇ ਤਲਾਬ ਦੇ ਮਜ਼ੇ ਲੁੱਟਦੇ ਨੇ। ਪਾਣੀ 'ਚ ਇਹ ਤਾਮੀਰ ਕੀਤੀ ਗਈ ਇਮਾਰਤ ਆਪਣੀ ਮਿਸਾਲ ਆਪ ਹੈ। ਅੱਜ ਇਸ ਮੀਨਾਰ ਨੂੰ ਇੱਕ ਦਰਵਾਜ਼ਾ ਲਾ ਕੇ ਬੰਦ ਕਰ ਦਿੱਤਾ ਗਿਆ ਹੈ, ਲੇਕਿਨ ਕੁਛ ਅਰਸੇ ਪਹਿਲੇ ਤੱਕ ਇਹ ਦਰਵਾਜ਼ਾ ਖੁੱਲ੍ਹਿਆ ਸੀ ਅਤੇ ਆਵਾਮ ਉੱਪਰ ਜਾਂਦੀ ਸੀ। ਅਤੇ ਹੁਣ ਮੀਨਾਰ ਦੀ ਹਾਲਤ ਕੁਛ ਇਸ ਤਰ੍ਹਾਂ ਦੀ ਨਹੀਂ ਹੈ ਕਿ ਉੱਥੇ ਆਵਾਮ ਵਾਸਤੇ ਉਹਨੂੰ ਖੋਲ੍ਹ ਦਿੱਤਾ ਜਾਵੇ। ਲੋਕਾਂ ਦਾ ਇੱਥੇ ਰਸ਼ ਵੇਖ ਕੇ ਪਤਾ ਚੱਲਦਾ ਹੈ ਕਿ ਇਸ ਤਾਰੀਖੀ ਇਮਾਰਤ ਨੂੰ ਲੋਕਾਂ ਨੇ ਭੁਲਾਇਆ ਨਹੀਂ ਹੈ। ਲੇਕਿਨ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਹੈ ਕਿ ਇੱਥੇ
ਇੰਨੀ ਗੰਦਗੀ ਕਿਉਂ ਹੈ ਇੱਥੇ, ਇਹਦੇ ਕੁਛ ਹਿੱਸੇ ਬੰਦ ਕਿਉਂ ਨੇ, ਇਹਦੀ ਆਮਦਨੀ ਜਿਹੜੀ ਹੁੰਦੀ ਹੈ ਉਹ ਕਿੱਥੇ ਜਾਂਦੀ ਹੈ? ਸ਼ਾਇਦ ਕੋਈ ਵੀ ਇਹ ਗੱਲਾਂ ਪੁੱਛਣ ਵਾਲਾ ਨਹੀਂ ਹੈ, ਕਿਉਂਕਿ ਇਹਦੀ ਆਮਦਨੀ ਤੋਂ ਜਿਹੜੀ ਰਕਮ ਆਉਂਦੀ ਹੈ ਉਹ ਇਹਦੀ ਕਮ ਅਜ਼ ਕਮ ਇਹਦੀ ਤਾਜ਼ੀਨੋ ਆਰਾਇਸ਼ 'ਤੇ ਹੀ ਲਗਾ ਦਿੱਤੀ ਜਾਏ ਤਾਂ ਬਹੁਤ ਅੱਛਾ ਹੋਏਗਾ, ਜੋ ਇਸ ਵਕਤ ਦੀ ਅਹਿਮ ਜ਼ਰੂਰਤ ਹੈ। ਅਤੇ ਇੱਕ ਗੱਲ ਹੋਰ, ਇਸ ਇਮਾਰਤ ਦੇ ਦਰਖਤਾਂ 'ਤੇ ਅਤੇ ਇਮਾਰਤ ਦੇ ਕੁਛ ਹਿੱਸਿਆਂ 'ਤੇ ਲੋਕਾਂ ਨੇ ਆਪਣਾ ਨਾਂ ਲਿਖ ਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ? ਇਸ ਉਮੀਦ ਦੇ ਨਾਲ ਅਸੀਂ ਇਸ ਵੀਡੀਓ ਨੂੰ ਐਂਡ ਕਰਦੇ ਹਾਂ ਕਿ ਆਉਣ ਵਾਲੇ ਵਕਤ ਵਿੱਚ ਇਹਦਾ ਖਿਆਲ ਰੱਖਿਆ ਜਾਏਗਾ। ਤਬ ਤੱਕ ਤੁਸੀਂ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅਸੀਂ ਆਵਾਂਗੇ ਫਿਰ ਕਿਸੇ ਹੋਰ ਵੀਡੀਓ 'ਚ, ਕਿਸੇ ਹੋਰ ਜਗ੍ਹਾ 'ਤੇ ਜਾ ਕੇ ਉਸ ਨੂੰ ਫੀਲ ਕਰਕੇ ਤੁਹਾਡੇ ਵਾਸਤੇ ਕੁਛ ਹੋਰ ਮਜ਼ੇਦਾਰ ਲੈ ਕੇ ਆਵਾਂਗੇ। ਅਤੇ ਸਾਡੇ ਨਾਲ ਜੁੜੇ ਰਹੋ। ਜਿਹੜੇ ਦੋਸਤ ਨਵੇਂ ਨੇ, ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਤੁਹਾਡੀ ਮਿਹਰਬਾਨੀ, ਸਾਡਾ ਚੈਨਲ ਸਬਸਕ੍ਰਾਈਬ ਕਰੋ। ਅਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰੋ। ਫਿਰ ਮਿਲਦੇ ਹਾਂ ਕਿਸੇ ਅੱਛੀ ਵੀਡੀਓ 'ਚ। ਉਦੋਂ ਤੱਕ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਹਾਫਿਜ਼।